ਸਤਿ ਸ਼੍ਰੀ ਅਕਾਲ ਜੀ ਤਾਹਿਰ ਮਜੀਦ ਐਗਰੀ ਵਲੌਗਸ ਦੋਸਤਾਂ ਦੇ ਨਾਲ ਅੱਜ ਜਿਹੜਾ ਇੱਕ ਅਹਿਗਾਸੀ ਟੌਪਿਕ ਸ਼ੇਅਰ ਕਰਨਾ ਸੀ ਮੁੰਜੀ ਡੇਗ ਪਈ ਹੈ ਸਾਰੀ ਬਾਕੀ ਲੋਕ ਪਰੇਸ਼ਾਨ ਹੁੰਦੇ ਆ ਕਿ ਇਹਦੇ ਉੱਤੇ ਹੁਣ ਸਪਰੇਅ ਕਰੀਏ ਨਾ ਕਰੀਏ ਮੁੰਜੀ ਹੁਣ ਤੁਹਾਨੂੰ ਫਸਲ ਦਾ ਹੈ ਨੁਕਸਾਨ ਹੀ ਆ ਤੁਹਾਨੂੰ ਤੋੜ ਕੇ ਵਖਾਣੇ ਅੱਧੀ ਪਕਾਈ ਦੀ ਹਾਲਤ ਦੇ ਵਿੱਚ ਆ ਇਹ ਸਾਈਡਾ ਵਟਾ ਚੈੱਕ ਕਰਨੇ ਆ ਥੱਲੇ ਦੁੱਧ ਆ ਜਿਹੜਾ ਹੁੰਦਾ ਇਹਦਾ ਤਨਾ तकरीबन ਮੁੜ ਜਾਂਦਾ ਹੈ ਖੁਰਾਕ ਦਾ ਅਮਲ ਰੁਕ ਜਾਂਦਾ ਹੈ ਉਹਦੇ ਵਿੱਚ ਸਾਨੂੰ ਵੇਖਣਾ ਪੈਂਦਾ ਹੈ ਕਿ ਇਹਦੇ ਉੱਤੇ ਹੁਣ ਖੁਰਾਕ ਵਾਸਤੇ ਅਸੀਂ ਸਪਰੇਅ ਕਰੀਏ ਜਾਂ ਨਾ ਕਰੀਏ ਉਹ ਤਾਂ ਦੋ ਕੁੰਜੀ ਰੌਂਡ ਬੌਂਡ ਲਾਲ ਹੋ ਗਈ ਆ 10 ਦਿਨ ਜਾਂ ਦੂਸਰਾ 7-8 ਦਿਨ 6 ਦਿਨ ਲੈਂਦੀ ਆ ਜਿਸ ਤਰ੍ਹਾਂ ਫਸਲ ਇਹ ਵਿੱਚ ਕਾਫੀ ਜ਼ਿਆਦਾ ਪਕਾਈ ਦੇ ਅਮਲ ਦੇ ਵਿੱਚ ਹੋ ਗਈ ਆ ਤੇ ਇਹਨੂੰ ਪਾਣੀ ਫੇਰੋ ਪਤਲਾ-ਪਤਲਾ ਪਾਣੀ ਪੀਰੋਗੇ ਉਹਦੇ ਵਿੱਚੋਂ ਖਰਾਕ ਦਾ ਅਮਲ ਰੌਂਡ ਬੌਂਡ ਲਿਕਵਿਡ ਪੋਟਾਸ਼ ਜਾਂ ਸਲਫਰ ਪੋਟਾਸ਼ ਅਸੀਂ ਫਲੱਡ ਕਰਾਂਗੇ ਦੋ ਜਿਸ ਤਰ੍ਹਾਂ ਪਕਾਈ ਦੇ ਦੌਰਾਨ ਦੇ ਅਮਲ ਦੇ ਵਿੱਚ ਆ ਗਈ ਆ ਮੈਂ ਇਹਦੇ ਵਿੱਚ ਪ੍ਰੈਫਰ ਨਹੀਂ ਕਰਨਾ ਚਾਹੁੰਦਾ ਖਰਚਾ ਨਹੀਂ ਕਰਵਾਉਣਾ ਚਾਹੁੰਦਾ ਜ਼ਿੰਮੇਵਾਰ ਦਾ ਲੇਕਿਨ ਦੋ ਚਾਰ ਚੀਜ਼ਾਂ ਹੁੰਦੀਆਂ ਆ ਇੱਕ ਹੁਣ ਵਿੱਚ ਮੁੰਜੀ ਪੱਕਣੀ ਸ਼ੁਰੂ ਹੋ ਗਈ ਕਾਫੀ ਜ਼ਿਆਦਾ ਇਟਾ ਲੱਗੇ ਹੀ ਹੈ ਵਿੱਚੋਂ ਰੈੱਡ ਹੋਣੀ ਸ਼ੁਰੂ ਹੋ ਗਿਆ ਦੇਖੋ ਪੱਕਣ ਲੱਗ ਪਈ ਹੈ ਲੇਕਿਨ ਸਾਨੂੰ ਇਸ ਚੀਜ਼ ਦੇ ਅਮਲ ਦੇ ਵਿੱਚ ਕੀ ਕਰਨਾ ਚਾਹੀਦਾ ਆ ਬਿਹਤਰੀਨ ਤੇ ਹੈਗਾ ਆ ਦੋ ਚਾਰ ਅਹਿਮ ਚੀਜ਼ਾਂ ਕਿ ਅਸੀਂ ਇਹਨੂੰ ਪੋਟਾਸ਼ ਦਾ ਅਮਲ ਜਿਹੜਾ ਹੈਗਾ ਆ ਉਹਦੇ ਵਿੱਚ ਅਸੀਂ ਲਿਆ ਸਕਦੇ ਆ ਜਾਂ ਇਹਨੂੰ ਟਾਈਮਲੀ ਪਕਾ ਸਕਦੇ ਕਿਉਂਕਿ ਪੋਟਾਸ਼ ਇੱਕ ਐਸੀ ਚੀਜ਼ ਹੈ ਜਿਹੜੇ ਪੌਦੇ ਦੀ ਖੁਰਾਕ ਜਾਂ ਹੋਂਦਾ ਹੁੰਦਾ ਆ ਗਰਦਸ਼ ਦਾ ਕਲੋਰੋਫਿਲ ਮਾਦੇ ਨੂੰ ਐਡੀਕ ਸਪੀਡ ਨਾਲ ਉਹਦੀ ਗਰਦਸ਼ ਕਰ ਦਿੰਦੀ ਆ ਕਿ ਜਿਹੜਾ ਹੈਗਾ ਆ ਉਹਦਾ ਪਕਾਈ ਦਾ ਅਮਲ ਸਪੀਡਲੀ ਤੇਜ਼ ਹੋ ਜਾਂਦਾ ਆ ਪੋਟਾਸ਼ ਦੀ ਹੰਡੋਸ ਕੀ ਹੋਣੀ ਚਾਹੀਦੀ ਹੈ ਅਗਰ ਤੇ ਤੁਹਾਡੀ ਫਸਲ ਡੇਗ ਪਈਏ ਦੇ ਉੱਤੇ ਬਾਜ਼ ਔਕਾਤ ਪ੍ਰੈਫਰ ਨਹੀਂ ਕਰ ਸਕਦੇ ਕੁਝ ਦੋਸਤ ਜਿਹੜੇ ਹੈਗੇ ਨੇ ਫਲਡਿੰਗ ਦੇ ਵਿੱਚ ਉਹ ਅਸੀਂ ਉੱਤੇ ਸਪਰੇਅ ਰਾਉਂਡ ਬਾਉਂਡ مختلف ਕੰਪਨੀਆਂ ਦੀ ਹੈਗੀ ਹੈ ਫੋਲੀਅਰ ਫਾਰਮ ਚ ਸਪਰੇਵਾ ਉਹ ਉੱਤੇ ਸਪਰੇਅ ਕਰਾਂਗੇ ਉਹਦੇ ਨਾਲ ਪਕਾਈ ਦਾ ਅੰਮਲ ਟਾਈਮਲੀ ਹੋ ਜਾਏਗਾ ਤੁਹਾਡੇ 10-12 ਦਿਨ ਲੱਗਦੇ ਨੇ ਤਾਂ ਉੱਥੇ ਕੋਈ 5-7 ਦਿਨ ਪਹਿਲਾਂ ਆ ਜਾਏਗਾ ਹਫਤੇ ਨਾਲ ਆ ਜਾਣਗੇ ਅਗਰ ਥੋੜਾ ਬੂਰ ਦੇ ਉੱਤੇ ਆ ਪੋਲੀਨੇਸ਼ਨ ਦੇ ਅਮਲ ਤੇ ਡਿੱਗ ਪਈ ਹੈ ਨੇਰੀ ਨਾ ਤਨਾ ਕਮਜ਼ੋਰ ਸੀ ਥਲੋ ਪਾਣੀ ਲਾਇਆ ਸੀ ਪੋਟਾਸ਼ 8 ਕਿਲੋ ਜਾਂ ਮੈਕਸਿਮਮ 10 ਮੈਕਸਿਮਮ ਪੋਟਾਸ਼ 8 ਕਿਲੋ ਜਾਂ 10 ਕਿਲੋ ਜਿਹੜੀ ਤੁਸੀਂ ਉਹਨੂੰ ਥੱਲੇ ਫਲੱਡ ਕਰੋ ਉਹਦੇ ਨਾਲ ਤੁਹਾਡਾ ਇਹ ਹੋਏਗਾ ਕਿ ਪਕਾਈ ਦਾ ਅਮਲ ਖੁਰਾਕ ਦਾ ਤੇਜ਼ ਮਿਲੇਗਾ ਨਾਲ ਥਲੋ ਨੂੰ ਪੌਦੇ ਨੂੰ ਖੁਰਾਕ ਮਿਲੇਗੀ ਅਗਰ ਤੁਸੀਂ ਉਹ ਸੂਰਤ ਨਹੀਂ ਕਰਦੇ ਅੱਧੀਆ ਦੋਧੀਆ ਹੁੰਦਾ ਆ ਪੋਲੀਨੇਸ਼ਨ ਹੁੰਦੀ ਆ ਉਹ ਤੁਹਾਡਾ ਹੁੰਦਾ ਜਿਹੜਾ ਦੁੱਧੀ ਅੰਦਰ ਸੁੱਕ ਜਾਂਦਾ ਆ ਮੂੰਜੀ ਫੋਕ ਹੋ ਜਾਂਦੀ ਫਿਰ ਉਹਦਾ ਚਾੜ ਨਹੀਂ ਮਿਲਦਾ ਡਿੱਗੀ ਮੂੰਜੀ ਦੇ ਉੱਤੇ ਪोटाश ਤੇ ਅਮਲ ਨੂੰ ਹੀ ਕਰਨਾ ਹੈ ਉਹਦੇ ਨਾਲੇ ਤੁਹਾਨੂੰ ਅਗਰ ਮਿਲਣੀ ਹੈ ਖੁਰਾਕ ਅਗਰ ਥੱਲੇ ਪोटाश ਦਾ ਥੱਲੇ ਨਹੀਂ ਕਰ ਸਕਦੇ ਇਹਨੂੰ ਉੱਤੇ ਪोटाਸ਼ ਦੀ ਸਪਰੇਅ ਕਰੋ ਅਗਰ ਇਹ ਵੀ ਅਮਲ ਤੁਸੀਂ ਵੇਖਦੇ ਜੋ ਸਾਡੀ ਗਰਮੀ ਦਾ ਟੈਂਪਰੇਚਰ ਜ਼ਿਆਦਾ ਆ ਪोटाਸ਼ ਅਸੀਂ ਨਹੀਂ ਕਰ ਸਕਦੇ ਅਮਾਈਨੋ ਐਸਿਡ ਪਲੱਸ ਮਿਕਸ ਨਾਲ ਪोटाਸ਼ ਨੂੰ ਮਿਕਸ ਕਰ ਲਵੋ ਸਪਰੇਅ ਕਰੋ ਪੋਲੀਨੇਸ਼ਨ ਦਾ ਅਮਲ ਵੀ ਬਿਹਤਰੀਨ ਹੋ ਜਾਏਗਾ ਉਹਦੇ ਨਾਲ ਨਾਲ ਤੁਹਾਡਾ ਜਿਹੜੀ ਡਿੱਗੀ ਮੁੰਜੀ ਦਾ ਦਾਣਾ ਵੀ ਮਜ਼ਬੂਤ ਹੋ ਜਾਏਗਾ ਪੱਤਾ ਵੀ ਹਰਿਆਲੀ ਚ ਰਹੇਗਾ ਝਾੜ ਚ ਵੀ ਇਜ਼ਾਫਾ ਹੋਏਗਾ ਦੂਸਰਾ ਨਾਲੇ ਨੂੰ ਪਤਲਾ-ਪਤਲਾ ਪਾਣੀ ਫੇਰੀ ਰੱਖੋ ਉਹਦੇ ਨਾਲ ਇਹ ਨੁਕਸਾਨ ਤੁਹਾਡਾ ਜਿਹੜਾ ਹੁੰਦਾ ਆ ਥੱਲੇ ਡਿੱਗੀ ਮੁੰਜੀ ਪਤਲ ਨਹੀਂ ਹੋਏਗੀ ਤੇ ਝਾੜ ਬਿਹਤਰੀਨ ਹੋਏਗਾ ਪੋਟਾਸ਼ ਦਾ ਹੀ ਅਮਲ ਹੈ ਆਪਣਾ ਜਿਹੜਾ ਮੀਨ ਆ ਪੱਕਿਆ ਜਾ ਸਕਦਾ ਹੈ ਹਰ ਚੀਜ਼ ਚ ਉਹਦੇ ਵਿੱਚ ਮੁਕਤਲਫ ਆਮਾ ਮਾਰਕੀਟ ਚ ਅਗੇ ਲਿਕਵਿਡ 3 ਲੀਟਰ ਚ ਹੈਗੀ ਆ 5 ਲੀਟਰ ਚ ਵੀ ਮਿਲ ਜਾਂਦੀ ਆ 25 ਕਿਲੋ ਚ ਵੀ ਮਿਲ ਜਾਂਦੀ ਆ ਤੇ ਲਿਕੁਇਡ ਪੋਟਾਸ਼ ਜਲਦੀ ਅਮਲ ਚ ਆ ਜਾਂਦੀ ਹੈ ਬਣੀ ਬੁਣੀ ਖੁਰਾਕ ਹੁੰਦੀ ਚੇਲੇਟਡ ਹੁੰਦੀ ਹੈ ਜਿਹੜੀ ਪਾਊਡਰ ਹੁੰਦੀ ਆ ਉਹ ਵੀ ਆਪਣੇ ਪੋਟਾਸ਼ ਸਲਫਰ ਬੇਸ ਵਾਲੀ ਹੁੰਦੀ ਹੈ ਡਬਲ ਕੰਮ ਕਰਦੀ ਆ ਉਹ ਸਲਫਰ ਫੰਜੀਸਾਈਡ ਕੰਮ ਕਰਦਾ ਨਾਲ ਪੋਟਾਸ਼ ਦਾਣੇ ਦੀ ਭਰਾਈ ਦਾ ਅਮਲ ਕਰਦਾ ਹੈ ਤੇ ਅੱਜ ਦੀ ਵੀਡੀਓ ਡਿੱਗੀ ਮੁੰਜੀ ਵਾਸਤੇ ਸੀ ਹੋਰ ਕੋ ਦੋਸਤਾਂ ਦਾ ਸਵਾਲ ਹੋਏ ਤੇ ਸ਼ੇਅਰ ਕਰ ਸਕਦਾ ਜੀ ਸ਼ੁਕਰੀਆ ਜੀ ਤੇ ਬਾਕੀ ਇਨਸ਼ਾ ਅੱਲਾਹ ਦੋਸਤਾਂ ਨਾਲ ਜਿਹੜੀਆਂ ਨਵੀਆਂ ਵੀਡੀਓ ਮਜ਼ੀਦ ਆਣਗੀਆਂ ਸ਼ੇਅਰ ਕਰਾਂਗੇ ਦੱਸਾਂਗੇ ਤੇ ਸਾਡੇ ਦੋਸਤ ਨਵੇਂ ਜਿਹੜੇ ਆ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਫੋਲੋ ਸ਼ੇਅਰ ਕਰੋ ਤਾਂ ਕਿ ਤੁਹਾਡੇ ਵਾਸਤੇ ਐਗਰੀ ਬਲੌਗਸ ਦੇ ਵਿੱਚ ਕੋਈ ਨਵੀਂ ਵੀਡੀਓ ਕੋਈ ਸਬਜ਼ੀ ਦੀਆਂ ਕੋਈ ਨਵਾਂ ਤੜਾਕੂ ਤਜਰਬਾ ਹੈ ਜ਼ਰੂਰ ਮੈਨੂੰ ਸ਼ੇਅਰ ਕਰੋ ਤੇ ਅਸੀਂ ਉਹ ਆਪਣੀ ਵੀਡੀਓ ਦੇ ਵਿੱਚ ਇਨਸ਼ਾਅੱਲਾ ਦੋਸਤਾਨਾ ਸ਼ੇਅਰ ਕਰਾਂਗੇ ਸ਼ੁਕਰੀਆ ਜੀ